ਮਾਹੌਲ ਖਰਾਬ ਕਰਨ ਵਾਸਤੇ ਹੀ ਉਹ ਇਹੀਆਂ ਜਿਹੀਆਂ ਫਿਲਮਾਂ ਬਣਾ ਰਹੇ ਨੇ। ਮੋਦੀ ਸਾਹਿਬ ਨੂੰ ਇਸ ਗੱਲ ਤਾਂ ਕੋਈ ਮਤਲਬ ਨਹੀਂ ਹੈ ਵੀ ਮੁਲਕ ਦਾ ਮਾਹੌਲ ਖਰਾਬ ਹੋ ਰਿਹਾ, ਨਹੀਂ, ਉਹਨਾਂ ਨੂੰ ਇਕੱਲਾ ਮਤਲਬ ਹੈ ਮੇਰੀ ਕੁਰਸੀ ਬਚੀ ਰਹੇ। ਮੈਂ ਇਹ ਗੱਲ ਕਹਿ ਸਕਦਾ ਵੀ ਕੰਗਣਾ ਆਰਟਿਸਟ ਨਹੀਂ ਹੈ, ਆਰਟਿਸਟ ਕਦੇ ਇਹੋ ਜਿਹੀ ਗੱਲ ਨਹੀਂ ਕਰਦੇ। ਜਦੋਂ ਪਾਰਲੀਮੈਂਟ ਮੈਂਬਰ ਨਹੀਂ ਸੀ ਉਦੋਂ ਵੀ ਉਹਨੂੰ ਜੈਡ ਸੁਰੱਖਿਆ ਮਿਲੀ ਹੋਈ ਸੀਗੀ, ਕਿਉਂ ਮਿਲੀ ਹੋਈ ਸੀਗੀ, ਇਸ ਕਰਕੇ ਚਮਚਾਗਿਰੀ ਕਰੋ। ਜਿੰਨੀਆਂ ਸੰਸਥਾਵਾਂ ਸਹੀ ਮਾਨੇ ਦੇ ਵਿੱਚ ਹਿੰਦੁਸਤਾਨ 'ਚ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਵਿੱਚ RSS ਦੇ ਬੰਦੇ ਭਰਤੀ ਕੀਤੇ ਹੋਏ ਨੇ, ਹੈ ਜੀ, BJP ਦੇ ਬੰਦੇ ਭਰਤੀ ਕੀਤੇ ਹੋਏ ਨੇ। ਪ੍ਰਸ਼ਾਸਨ ਹੈ ਜਿਹੜਾ ਉਹ ਆਪਣਾ ਕੰਮ ਕਰ ਰਿਹਾ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਸਿੱਧੀ ਜਿਹੀ ਗੱਲ ਇਹ ਹੈ, ਇਹ ਜੇ ਦਫ਼ਤਰ ਨਹੀਂ ਜਾਣ ਦਿੰਦੇ ਕਿਤੇ ਹੋਰ ਲੈ ਕੇ ਚੱਲੇ ਨੇ, ਇਹਨਾਂ ਦੀ ਆਪਣੀ ਮਰਜ਼ੀ ਹੈ, ਲੈ ਜਾਣ। ਅਸੀਂ ਜੇ ਸਾਨੂੰ ਅਸੀਂ ਟਿਕ ਕੇ ਬੈਠਣ ਵਾਲੇ ਤਾਂ ਹੁਣ ਹਾਂ ਨਹੀਂ, ਜਿਸ ਕੰਮ ਵਾਸਤੇ ਆਏ ਹਾਂ। ਜੇ ਉਹ ਦਫ਼ਤਰ 'ਚ ਨਹੀਂ ਜਾ ਸਕਦੇ ਤਾਂ ਲੈ ਚੱਲਣ, ਜਿੱਥੇ ਇਹਨਾਂ ਦਾ ਜੀ ਕਰਦਾ। ਕੇਂਦਰ ਸਰਕਾਰ ਦੀ ਜਿਹੜੀ ਰੁੱਖ ਹੈ ਇਸ ਇਹ ਰਿਪੋਰਟਾਂ ਨੂੰ ਲੈ ਕੇ ਉਹਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ? ਕਿਉਂਕਿ ਹਰ ਵਾਰ ਉਹ ਚੀਜ਼ ਨੂੰ ਨੈਗਲੈਕਟ ਕਰ ਦਿੱਤਾ ਜਾਂਦਾ, ਕਹਿ ਦਿੱਤਾ ਜਾਂਦਾ ਕਿ ਵਿਦੇਸ਼ੀ ਏਜੰਸੀਆਂ ਇਸ ਤਰੀਕੇ ਦੀਆਂ ਰਿਪੋਰਟਾਂ ਸਾਨੂੰ ਡੀਫੇਮ ਕਰਨ ਵਾਸਤੇ ਕੱਢਦੀਆਂ ਰਹਿੰਦੀਆਂ ਨੇ। ਦਰਅਸਲ ਗੱਲ ਇਹ ਹੈ, ਜਦੋਂ ਕੋਈ ਰਿਪੋਰਟ ਆਉਂਦੀ ਹੈ ਸਾਰੇ ਮੁਲਕ, ਤੁਸੀਂ ਇਹ ਦੱਸੋ ਦੁਨੀਆ ਕਿੱਡੀ ਕੁ ਵੱਡੀ ਹੈ, ਇੰਨੀ ਕੁ ਦੁਨੀਆ, ਇੰਨੀ ਕੁ ਦੁਨੀਆ, ਅੱਜ ਜਿਹੜਾ ਕੁਛ ਹੁਣ ਬੋਲਦੇ ਨਾ ਇਹ ਤਾਂ ਅਮਰੀਕਾ 'ਚ ਸੁਣਿਆ ਜਾ ਰਿਹਾ, ਹੈਂਜੀ, ਫਿਰ ਕਿਵੇਂ ਹੋ ਗਿਆ ਵੀ ਇਹ ਵਿਦੇਸ਼ੀ ਰਿਪੋਰਟ ਹੈਗੀ ਹੈ? ਸਰ ਤੁਸੀਂ ਜਦੋਂ ਪਾਰਲੀਮੈਂਟ ਸੀ ਉਦੋਂ ਵੀ ਇੱਕ ਰਿਪੋਰਟ ਆਈ ਸੀ, ਉਹਦੇ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ, ਪਹਿਲਾਂ ਵੀ ਆਈ ਸੀ ਇੰਡਰ ਵਰਗ ਦੀ ਰਿਪੋਰਟ? ਮੈਂ ਦੱਸਦਾ ਤੁਹਾਨੂੰ, ਉਦੋਂ ਸਰਕਾਰ ਬਹੁਤ ਮਜ਼ਬੂਤ ਸੀ, ਹੁਣ ਅਪੋਜੀਸ਼ਨ ਮਜ਼ਬੂਤ ਹੈ, ਔਰ ਅਪੋਜੀਸ਼ਨ ਦਾ ਲੀਡਰ ਇਸ ਵੇਲੇ ਆਪ ਜੀ ਨੂੰ ਪਤਾ ਹੈ, ਰਾਹੁਲ ਜੀ ਨੇ। ਸਦੀਕ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ, ਇੱਕ ਪਾਸੇ ਐਮਰਜੈਂਸੀ ਫਿਲਮ ਆ ਰਹੀ ਹੈ, ਕੰਗਨਾ ਰਣੌਤ ਜਿਹੜੇ ਉਹਨਾਂ ਲੀਡ ਕਰ ਰਹੇ ਨੇ, ਇੰਦਰਾ ਗਾਂਧੀ ਦਾ ਰੋਲ ਕੀਤਾ ਗਿਆ, ਕਹਿੰਦੇ ਕਾਂਗਰਸ ਦਾ ਵੀ ਅਕਸ ਖਰਾਬ ਕੀਤਾ ਜਾ ਸਕਦਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਵੀ ਅਕਸ ਖਰਾਬ ਕੀਤਾ ਜਾ ਸਕਦਾ, ਤੁਸੀਂ ਕਲਾਕਾਰ ਹੋ, ਤੁਸੀਂ ਕਿਵੇਂ ਦੇਖਦੇ ਹੋ, ਕੀ ਲੱਗਦਾ ਕਿ ਭਾਵਨਾ ਮੈਂ ਠੇਸ ਪਹੁੰਚਾਉਣ ਦੀ ਕੋਸ਼ਿਸ਼? AGPC ਵੀ ਲਾ ਰਹੀ ਹੈ, ਅਕਾਲੀ ਦਲ ਵੀ ਲਾ ਰਿਹਾ। ਦੇਖੋ ਮੇਰੀ ਗੱਲ ਸੁਣੋ, ਮੈਂ ਸਮਝਦਾ ਬਈ ਜਿਹੜਾ ਕਿਸੇ ਬੰਦੇ ਦੀ ਆਲੋਚਨਾ ਕਰਨੀ ਹੈ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਹੈ, ਜੇ ਆਲੋਚਨਾ ਸਹੀ ਤਰੀਕੇ ਨਾਲ ਹੋ ਰਹੀ ਹੈ। ਜੇ ਕਿਸੇ ਨੂੰ ਬੰਦੇ ਨੂੰ ਭੰਡਣਾ ਨਹੀਂ ਹੈ, ਬਿਲਕੁਲ ਹੀ ਭੰਡਣਾ, ਬਿਲਾ ਵਜ੍ਹਾ ਭੰਡਣਾ, ਜਿਹਦਾ ਮਤਲਬ ਕੋਈ ਨਹੀਂ ਹੈ, ਉਹ ਕੰਮ ਗਲਤ ਹੈ। ਹਰ ਵਾਰ ਕਦੇ ਖਾਲਿਸਤਾਨੀ ਕਿਹਾ, ਕਦੇ ਕਹਿੰਦੇ ਇਹ 100-100 ਰੁਪਏ ਦੀ ਦਿਹਾੜੀ 'ਤੇ ਆਏ, ਕਹਿੰਦੇ ਇਹੋ ਜਿਹੇ ਸ਼ਬਦ ਵਰਤੀ ਸੀ ਕੰਗਣਾ, ਅਤੇ ਅੱਜ ਇਹ ਫਿਲਮ ਲੈ ਕੇ ਆਈਏ ਤਾਂ ਫਿਲਮ ਦੇ ਵਿੱਚ ਬੜਾ ਕੁਛ ਕਹਿਣਾ ਕਹਿੰਦੇ। ਹੁਣ ਮੈਂ ਇਹ ਗੱਲ ਕਹਿ ਸਕਦਾ ਵੀ ਕੰਗਣਾ ਆਰਟਿਸਟ ਨਹੀਂ ਹੈ, ਆਰਟਿਸਟ ਕਦੇ ਇਹੋ ਜਿਹੀ ਗੱਲ ਨਹੀਂ ਕਰਦੇ। ਮੈਂ ਕਾਂਗਰਸੀ ਹਾਂ, ਮੈਂ ਕਦੇ ਅਕਾਲੀ ਦਲ ਬਾਰੇ ਕੁਛ ਨਹੀਂ ਕਿਹਾ, ਮੈਂ ਕਦੇ ਕਿਸੇ ਪਾਰਟੀ ਬਾਰੇ ਕੁਛ ਨਹੀਂ ਕਿਹਾ, ਮੈਂ ਕੰਗਣਾ ਆਰਟਿਸਟ ਨਹੀਂ ਹੈ। ਠੀਕ ਹੈ, ਉਹ ਇਹਨਾਂ ਲੋਕਾਂ ਦੀ ਉਹ ਕੀ ਕਹਿੰਦੇ ਹੁੰਦੇ ਨੇ, ਮੁੱਠੀ ਚਾਪੀ ਕਰਦੀ ਹੈ, ਹੈ ਜੀ, ਉਹਨਾਂ ਨੇ ਸਿੱਧੀ ਜੀ ਗੱਲ ਹੈ, ਜਦੋਂ ਪਾਰਲੀਮੈਂਟ ਮੈਂਬਰ ਨਹੀਂ ਸੀ ਉਦੋਂ ਵੀ ਉਹਨੂੰ ਜੈਡ ਸੁਰੱਖਿਆ ਮਿਲੀ ਹੋਈ ਸੀਗੀ, ਕਿਉਂ ਮਿਲੀ ਹੋਈ ਸੀਗੀ, ਇਸ ਕਰਕੇ ਚਮਚਾਗਿਰੀ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਇੰਦਰਾ ਗਾਂਧੀ ਦੀ ਛਵੀ ਖਰਾਬ ਹੋਏਗੀ, ਮੈਂ ਕਹਾਂਗਾ ਕਾਂਗਰਸ ਦੀ ਛਵੀ ਖਰਾਬ ਹੋਏਗੀ ਜੇ ਫਿਲਮ ਆਉਂਦੀ ਹੈ, ਕਿ ਲੱਗਦਾ ਕਿ ਜੋ ਆਪਸੀ ਮਤਭੇਦ ਨੇ ਉਸ ਨੂੰ ਉਜਾਗਰ ਕਰ ਦਿੱਤਾ ਜਾਏਗਾ, ਕੱਟੜਤਾ ਭਰ ਦਿੱਤੀ ਜਾਏਗੀ ਉਸ ਫਿਲਮ ਦੇ ਥਰੂ? ਜਿੰਨੀਆਂ ਸੰਸਥਾਵਾਂ ਸਹੀ ਮਾਨੇ ਦੇ ਵਿੱਚ ਹਿੰਦੁਸਤਾਨ 'ਚ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਵਿੱਚ RSS ਦੇ ਬੰਦੇ ਭਰਤੀ ਕੀਤੇ ਹੋਏ ਨੇ, ਹੈ ਜੀ, BJP ਦੇ ਬੰਦੇ ਭਰਤੀ ਕੀਤੇ ਹੋਏ ਨੇ। ਮੈਂ ਸਮਝਦਾ ਜੇ ਇਹ ਫਿਲਮ ਬੋਰਡ ਨੇ, ਸੈਂਸਰ ਬੋਰਡ ਨੇ ਇਹ ਫਿਲਮ ਪਾਸ ਕੀਤੀ ਹੈ, ਤਾਂ ਮੈਂ ਸਮਝਦਾ ਬਈ ਇੰਨਾ ਕੁਛ ਦੇਖ ਕੇ ਵੀ ਉਹਨਾਂ ਨੇ ਸੁਚੇਤ ਹੋਣਾ ਚਾਹੀਦਾ ਰਾਹੁਲ ਗਾਂਧੀ ਹੋਰਾਂ ਨੂੰ, ਬਿਨਾਂ ਪਰਮਿਸ਼ਨ ਤੋਂ ਜਾਂ ਮੈਂ ਫਿਲਮ ਦੇਖੀ ਨਹੀਂ ਹੈ। ਟ੍ਰੇਲਰ ਤੋਂ ਬਾਅਦ ਜਿਹੜੇ ਲੋਕਾਂ ਦੀ ਬਹੁਤ ਸਾਰੇ ਲੋਕਾਂ ਦੀ ਪਰਸੈਪਸ਼ਨ ਹੈ ਕਿ ਇਹਦੇ ਨਾਲ ਧਾਰਮਿਕ ਭਾਵਨਾਵਾਂ ਭੜਕ ਰਹੀਆਂ ਨੇ, 2-2 ਲੱਗ ਰਹੀਆਂ ਨੇ, ਜੇ ਬੈਨ ਹੋਣੀ ਚਾਹੀਦੀ, ਜੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਮੈਂ ਸਮਝਦਾ ਬੈਨ ਹੋਣੀ ਚਾਹੀਦੀ ਹੈ। ਲੱਗਦਾ ਕਿ ਬਿਨਾਂ ਪਰਮਿਸ਼ਨ ਤੋਂ ਫਿਲਮਾਂ ਤਿਆਰ ਹੋ ਰਹੀਆਂ ਨੇ, ਇੰਦਰਾ ਗਾਂਧੀ ਦੇ ਪਰਿਵਾਰ ਤੋਂ ਕੋਈ ਪਰਮਿਸ਼ਨ ਨਹੀਂ ਲੈਤੀ ਗਈ ਹੋਣੀ, ਅਤੇ ਇੰਦਰਾ ਗਾਂਧੀ ਦਾ ਪਰਿਵਾਰ ਕਿਉਂ ਚੁੱਪ ਬੈਠਾ, ਭਾਵੇਂ ਰਾਹੁਲ ਗਾਂਧੀ ਹੈ, ਭਾਵੇਂ ਕਾਂਗਰਸ ਤਮਾਮ ਹੈ, ਕਿਉਂ ਚੁੱਪ ਬੈਠੀ ਹੋਈ ਹੈ, ਕਿਉਂ ਨਹੀਂ ਇਸ ਦੇ ਉੱਤੇ ਗੱਲਬਾਤ? ਮੈਂ ਆਪ ਜੀ ਨੂੰ ਬੇਨਤੀ ਕਰਦਾ
ਬਈ ਜਿਹਨਾਂ ਲੋਕਾਂ ਦੇ ਜਿਹੜੇ ਧੰਦੇ ਨੇ ਉਸ ਧੰਦੇ ਨੂੰ ਕਰੀ ਜਾਂਦੇ ਨੇ, ਉਸ ਧੰਦੇ ਨੂੰ ਕਰੀ ਜਾਂਦੇ ਨੇ, ਜਦੋਂ ਪਬਲਿਕ ਖਿਲਾਫ ਹੋ ਜਾਂਦੀ ਹੈ ਫਿਰ ਐਕਸ਼ਨ ਲਿਆ ਜਾਂਦਾ। ਹੁਣ ਜੇ ਵਾਕਿਆ ਹੀ ਇਸ ਮਾਮਲੇ ਦੇ ਵਿੱਚ ਜੇ ਦਖਲ ਪਬਲਿਕ ਦੇ ਦੂਗੀ ਵੀ ਇਹ ਕੀ ਹੋ ਰਿਹਾ, ਹਾਂਜੀ, ਅਤੇ ਪਾਰਟੀ ਵੀ ਦਖਲ ਦੇ ਲਾਅ ਐਂਡ ਆਰਡਰ ਖਤਰੇ ਦੇ ਵਿੱਚ ਪੈ ਸਕਦਾ ਪੰਜਾਬ ਦਾ, ਕਿਉਂਕਿ ਜਿਸ ਤਰੀਕੇ ਨਾਲ ਪੋਸਟਾਂ ਪੈ ਰਹੀਆਂ ਨੇ ਕਿਹਾ ਜਾ ਰਿਹਾ ਕਿ ਮਾਹੌਲ ਖਰਾਬ ਹੋਏਗਾ ਜੇ ਸਿਨੇਮਾ ਦੇ ਵਿੱਚ ਫਿਲਮ ਲੱਗੀ ਅਤੇ ਸਿਨੇਮਾ ਦੇ ਨੂੰ ਇਹ ਖਮਿਆਜ਼ਾ ਭੁਗਤਣਾ ਪੈ ਸਕਦਾ। ਤੁਹਾਨੂੰ ਲੱਗਦਾ ਕਿ ਮਾਹੌਲ ਖਰਾਬ ਹੋ ਸਕਦਾ? ਬ੍ਰਦਰ, ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ, ਮਾਹੌਲ ਖਰਾਬ ਕਰਨ ਵਾਸਤੇ ਹੀ ਉਹ ਇਹੀਆਂ ਜਿਹੀਆਂ ਫਿਲਮਾਂ ਬਣਾ ਰਹੇ ਨੇ। ਮੋਦੀ ਸਾਹਿਬ ਨੂੰ ਇਸ ਗੱਲ 'ਤੇ ਕੋਈ ਮਤਲਬ ਨਹੀਂ ਹੈ ਵੀ ਮੁਲਕ ਦਾ ਮਾਹੌਲ ਖਰਾਬ ਹੋ ਰਿਹਾ, ਨਹੀਂ, ਉਹਨਾਂ ਨੂੰ ਇਕੱਲਾ ਮਤਲਬ ਹੈ ਮੇਰੀ ਕੁਰਸੀ ਬਚੀ ਰਹੇ, ਹੈਂਜੀ, 80-20 ਦਾ ਪੌੜਾ ਪੈਂਦਾ ਰਹੇ, ਹਿੰਦੂ ਅਤੇ ਸਿੱਖ ਮੁਸਲਮਾਨ ਹੈਂਜੀ ਜਿਹੜੀ ਘੱਟ ਗਿਣਤੀ ਲੋਕ ਨੇ, ਹੈਂਜੀ, ਉਹ ਪੀੜਿਤ ਹੁੰਦੇ ਰਹਿਣ ਔਰ ਜਿਹੜੇ ਦੂਜੇ ਲੋਕ ਨੇ ਮੈਨੂੰ ਵੋਟਾਂ ਪਾਈ ਜਾਣ ਤਾਂ ਕਿ ਮੇਰੀ ਕੁਰਸੀ ਬਚੀ ਰਹੇ, ਉਹਦੀ ਸੋਚ ਹੀ ਇਹ ਹੈ। ਸੁਚੇਤ ਹੋਣਾ ਚਾਹੀਦਾ ਲੋਕਾਂ ਨੂੰ ਵੀ, ਕਾਂਗਰਸ ਨੂੰ ਵੀ, ਕਿ ਇਹ ਫਿਲਮ ਆ ਰਹੀ ਹੈ, ਕਿੱਥੋਂ ਪਰਮਿਸ਼ਨ ਲੈਤੀ, ਕਿਵੇਂ ਲੈਤੀ, ਕਿਵੇਂ ਬਣਾ ਰਹੇ ਨੇ, ਅਤੇ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਨਹੀਂ, ਉਹਦੇ ਵਿੱਚ ਮੇਰਾ ਖਿਆਲ ਹੈ ਸੈਂਸਰ ਬੋਰਡ ਨੇ ਜੇ ਉਹਨੂੰ ਲਾਇਸੈਂਸ ਦਿੱਤਾ, ਪਰਮਿਟ ਉਹ ਪਾਸ ਕੀਤੀ ਹੈ, ਫਿਰ ਤਾਂ ਲੱਗ ਜੂਗੀ। ਜੇ ਸੈਂਸਰ ਬੋਰਡ ਸਮਝ ਦਰ ਦੀ ਗੱਲ ਕਰਦਾ ਵੀ ਇਹ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਨੇ ਉਹਨੂੰ ਠੇਸ ਪਹੁੰਚੂਗੀ, ਫਿਰ ਸੈਂਸਰ ਬੋਰਡ ਗਲਤ। ਤੁਸੀਂ ਵੱਡੇ ਹੋ, ਉਮਰ 'ਚ ਵੀ ਵੱਡੇ ਹੋ, ਤਜਰਬੇ 'ਚ ਵੀ ਵੱਡੇ ਹੋ, ਤੁਸੀਂ ਉਹ ਦਹਾਕੇ ਦੇਖੇ ਨੇ, ਉਹ ਚੀਜ਼ਾਂ ਦੇਖੀਆਂ ਹਨ, ਤੁਸੀਂ ਪਿੰਡੇ 'ਤੇ ਵੰਡਾਈਆਂ ਨੇ, ਜਦੋਂ ਤੁਹਾਡੇ ਅਖਾੜਿਆਂ ਦੀ ਗੱਲ ਆਉਂਦੀ ਹੈ ਉਹ ਸਾਰੀਆਂ ਤੁਸੀਂ ਚੀਜ਼ਾਂ ਦੇਖੀਆਂ ਹੋ ਜਾਣ, ਕਿ ਲੱਗਦਾ ਕਿ ਕਈ ਚੀਜ਼ਾਂ ਜਿਹੜੀਆਂ ਸਹੀ ਹੋਣਗੀਆਂ ਉਸ ਨੂੰ ਖਰਾਬ ਕਰਨ ਕਰਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ? ਤੁਸੀਂ ਜਿਹੜੀਆਂ ਚੀਜ਼ਾਂ ਦੇਖੀਆਂ ਨੇ, ਜੇ ਫਿਲਮ ਦੇਖ ਕੇ ਤੁਹਾਨੂੰ ਲੱਗਿਆ ਕਿ ਖਰਾਬ ਹੈ, ਤੁਸੀਂ ਆਵਾਜ਼ ਚੁੱਕੋਗੇ? ਫਿਰ ਤਾਂ ਚੁੱਕਾਂਗਾ ਮੈਂ ਫਿਲਮ। ਪਹਿਲੀ ਗੱਲ ਤਾਂ ਇਹ ਹੈ, ਜਿਹੜੀ ਕੰਟਰੋਵਰਸਿਸ ਚੀਜ਼ ਹੁੰਦੀ ਹੈ ਨਾ, ਮੈਂ ਉਹ ਦੇਖਣਾ ਹੀ ਨਹੀਂ ਚਾਹੁੰਦਾ, ਠੀਕ ਨਹੀਂ ਹੈ, ਕਿਉਂਕਿ ਤੁਹਾਡਾ ਮਨ ਖਰਾਬ ਹੋ ਜਾਂਦਾ, ਔਰ ਜਦੋਂ ਤੁਹਾਡਾ ਮਨ ਖਰਾਬ ਹੋ ਜਾਂਦਾ ਫਿਰ ਪਤਾ ਹੀ ਤੁਹਾਡੇ ਦਿਮਾਗ 'ਚ ਕੀ ਆਉਂਦਾ ਔਰ ਤੁਸੀਂ ਕੀ ਕਰ ਬੈਠਦੇ ਹੋ। ਹਾਂਜੀ, ਮੈਂ ਸ਼ਾਂਤੀ ਪ੍ਰਿਯ ਆਦਮੀ ਹਾਂ, ਹਾਂਜੀ, ਇਸ ਕਰਕੇ ਮੈਂ ਨਹੀਂ ਚਾਹੁੰਦਾ ਵੀ ਕਿਸੇ ਐਸੀ ਗੱਲ ਜਿੱਥੇ ਲੜਾਈ ਝਗੜਾ ਹੋਵੇ ਮੈਂ ਉੱਥੇ ਨਹੀਂ ਜਾਂਦਾ। ਉਹਦੀ ਵਜ੍ਹਾ ਪਤਾ ਕੀ ਹੈ? ਤੁਸੀਂ ਕਿਸੇ ਨੂੰ ਸਮਝਾਓਗੇ ਨਾ, ਅਤੇ ਜੇ ਉਹ ਸਮਝਦਾਰ ਹੁੰਦੇ ਲੜਾਈ ਨਾ ਕਰਦੇ। ਤੁਸੀਂ ਇਹ ਤਸਵੀਰ ਹੈਗੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਮੁਹੰਮਦ ਸਦੀਕ ਸਾਡੇ ਨਾਲ ਸੀਗੇ, ਗੱਲਬਾਤ ਕੀਤੀ ਹੈ, ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅਤੇ ਜਸਕਰਨ ਸਿੰਘ ਕਾਹਲੋਂ ਜਿਹੜੇ ਨੇ ਇਸ ਦੇ ਵਿੱਚ ਨੇ ਬੱਸ ਦੇ ਵਿੱਚ, ਉਹ ਵੀ ਤਸਵੀਰ ਸਾਂਝੀ ਕਰਨਾ ਕਿ ਪੱਗ ਜਿਹੜੀ ਹੈ ਉਹਨਾਂ ਦੀ ਲੈ ਚੁੱਕੀ ਹੈ ਜਸਕਰਨ ਸਿੰਘ ਕਾਹਲੋਂ, ਸਪੋਕਸ ਪਰਸਨ ਨੇ ਕਾਂਗਰਸ ਦੇ, ਜਸਕਰਨ ਸਿੰਘ ਕਾਹਲੋਂ, ਕਾਹਲੋਂ ਸਾਹਿਬ, ਜਸਕਰਨ ਸਿੰਘ ਕਾਹਲੋਂ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਤਾਂ ਇਹਨਾਂ ਦੀ ਪੱਗ ਜਿਹੜੀ ਆ ਉਹ ਲੱਗ ਚੁੱਕੀ ਹੈ, ਰਾਜਾ ਵੜਿੰਗ ਜਿਹੜੇ ਨੇ ਉਹ ਆ ਰਹੇ ਨੇ ਅੱਗੇ ਨੂੰ, ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅਤੇ ਰਾਜਾ ਵੜਿੰਗ ਨੇ ਉਹ ਵੀ ਇਸ ਦੇ ਵਿੱਚ ਨੇ, ਜਸਕਰਨ ਸਿੰਘ ਕਾਹਲੋਂ ਉਹਨਾਂ ਦੀ ਪੱਗ ਜਿਹੜੀ ਹੈ ਉਤਰ ਚੁੱਕੀ ਹੈ। ਵੜਿੰਗ ਸਾਹਿਬ, ਕਿਵੇਂ ਦੇਖਦੇ ਹੋ ਇਹ ਚੀਜ਼ਾਂ ਦੇ ਨਾਲ ਜੋ ਚੀਜ਼ਾਂ ਹੋ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਵੜਿੰਗ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ, ਜਿਸ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ? ਤਸਵੀਰ ਹੈ ਕਾਹਲੋਂ ਸਾਹਿਬ ਦੀ ਪੱਗ ਜਿਹੜੀ ਤੁਸੀਂ ਦੇਖ ਸਕਦੇ ਹੋ, ਅਤੇ ਕਿਸ ਤਰੀਕੇ ਦੇ ਨਾਲ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮਾਹੌਲ ਖਰਾਬ ਕਰਨ ਵਾਸਤੇ ਹੀ ਉਹ ਇਹੀਆਂ ਜਿਹੀਆਂ ਫਿਲਮਾਂ ਬਣਾ ਰਹੇ ਨੇ। ਮੋਦੀ ਸਾਹਿਬ ਨੂੰ ਇਸ ਗੱਲ 'ਤੇ ਕੋਈ ਮਤਲਬ ਨਹੀਂ ਹੈ ਵੀ ਮੁਲਕ ਦਾ ਮਾਹੌਲ ਖਰਾਬ ਹੋ ਰਿਹਾ, ਨਹੀਂ, ਉਹਨਾਂ ਨੂੰ ਇਕੱਲਾ ਮਤਲਬ ਹੈ ਮੇਰੀ ਕੁਰਸੀ ਬਚੀ ਰਹੇ। ਮੈਂ ਇਹ ਗੱਲ ਕਹਿ ਸਕਦਾ ਵੀ ਕੰਗਣਾ ਆਰਟਿਸਟ ਨਹੀਂ ਹੈ, ਆਰਟਿਸਟ ਕਦੇ ਇਹੋ ਜਿਹੀ ਗੱਲ ਨਹੀਂ ਕਰਦੇ। ਜਦੋਂ ਪਾਰਲੀਮੈਂਟ ਮੈਂਬਰ ਨਹੀਂ ਸੀ ਉਦੋਂ ਵੀ ਉਹਨੂੰ ਜ਼ੈਡ ਸੁਰੱਖਿਆ ਮਿਲੀ ਹੋਈ ਸੀਗੀ, ਕਿਉਂ ਮਿਲੀ ਹੋਈ ਸੀਗੀ? ਇਸ ਕਰਕੇ ਚਮਚਾਗਿਰੀ ਕਰੋ। ਜਿੰਨੀਆਂ ਸੰਸਥਾਵਾਂ ਸਹੀ ਮਾਨੇ ਦੇ ਵਿੱਚ ਹਿੰਦੁਸਤਾਨ 'ਚ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਵਿੱਚ RSS ਦੇ ਬੰਦੇ ਭਰਤੀ ਕੀਤੇ ਹੋਏ ਨੇ, ਹੈ ਜੀ, BJP ਦੇ ਬੰਦੇ ਭਰਤੀ ਕੀਤੇ ਹੋਏ ਨੇ। ਪ੍ਰਸ਼ਾਸਨ ਹੈ ਜਿਹੜਾ
ਉਹ ਆਪਣਾ ਕੰਮ ਕਰ ਰਿਹਾ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਸਿੱਧੀ ਜੀ ਗੱਲ ਇਹ ਹੈ, ਇਹ ਜੇ ਦਫ਼ਤਰ ਨਹੀਂ ਜਾਣ ਦਿੰਦੇ ਕਿਤੇ ਹੋਰ ਲੈ ਕੇ ਚੱਲੇ ਨੇ, ਇਹਨਾਂ ਦੀ ਆਪਣੀ ਮਰਜ਼ੀ ਹੈ, ਲੈ ਜਾਣ। ਅਸੀਂ ਜੇ ਸਨ ਅਸੀਂ ਟਿਕ ਕੇ ਬੈਠਣ ਵਾਲੇ ਤਾਂ ਹੁਣ ਹਾਂ ਨਹੀਂ, ਜਿਸ ਕੰਮ ਵਾਸਤੇ ਆਏ ਹਾਂ। ਜੇ ਉਹ ਦਫ਼ਤਰ 'ਚ ਨਹੀਂ ਜਾ ਸਕਦੇ ਤਾਂ ਲੈ ਚੱਲੋ ਜਿੱਥੇ ਇਹਨਾਂ ਦਾ ਜੀ ਕਰਦਾ।